ਦਿਨ ਦਿਹਾੜੇ ਇੱਕ ਸ਼ਖਸ ਦੇ ਕੋਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ ਤਿੰਨ ਬਦਮਾਸ਼ ਆਉਂਦੇ ਨੇ। ਪਹਿਲਾਂ ਤਾਂ ਗਲੀ ਦੇ ਵਿੱਚ ਇਹ ਸਿੱਧਾ ਲੰਘ ਜਾਂਦੇ ਨੇ ਤੇ ਫਿਰ ਜਿਵੇਂ ਹੀ ਇਹਨਾਂ ਦੀ ਨਿਗਾਹ ਇੱਕ ਸ਼ਖਸ ਦੇ ਉੱਤੇ ਪੈਂਦੀ ਹੈ ਤਾਂ ਬਾਈਕ ਨੂੰ ਮੋੜ ਕੇ ਵਾਪਿਸ ਲਿਆਉਂਦੇ ਨੇ ਤੇ ਉਸ ਸ਼ਖਸ ਨੂੰ ਟੁੱਟ ਕੇ ਪੈ ਜਾਂਦੇ ਨੇ। ਹਾਲਾਂਕਿ ਜਿਵੇਂ ਹੀ ਉਹ ਸ਼ਖਸ ਜ਼ਮੀਨ ਦੇ ਉੱਤੇ ਡਿੱਗਦਾ ਹੈ ਤੇ ਆਪਣਾ ਫੋਨ ਨਹੀਂ ਛੱਡਦਾ, ਜਿਸ ਤੋਂ ਬਾਅਦ ਇਹਨਾਂ ਦੇ ਉਹ ਦੋ ਲੁਟੇਰਿਆਂ ਦੇ ਵੱਲੋਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਪਰ ਇੰਨੇ ਦੇ ਵਿੱਚ ਇੱਕ ਬਜ਼ੁਰਗ ਸਕੂਟੀ ਦੇ ਉੱਤੇ ਸਵਾਰ ਹੋ ਕੇ ਜਦੋਂ ਉੱਥੇ ਆਉਂਦਾ ਹੈ ਤਾਂ ਉਸ ਨੂੰ ਦੇਖ ਕੇ ਇਹ ਤਿੰਨੋਂ ਹੀ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਉਸ ਸ਼ਖਸ ਦਾ ਮੋਬਾਈਲ ਵੀ ਬਚ ਗਿਆ। ਤਾਂ ਦੱਸ ਦਈਏ ਕਿ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ, ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ, ਜਿਸ 'ਚ ਸਾਫ਼ ਇੱਕ ਸ਼ਖਸ ਦੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਉਸ ਸ਼ਖਸ ਦੇ ਵੱਲੋਂ ਵੀ ਇਹਨਾਂ ਲੁਟੇਰਿਆਂ ਦਾ ਡਟ ਕੇ ਵਿਰੋਧ ਕੀਤਾ ਗਿਆ ਤੇ ਆਪਣੇ ਫੋਨ ਨੂੰ ਬਚਾ ਲਿਆ ਗਿਆ। ਤੇ ਇੰਨੇ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਜਦੋਂ ਸਕੂਟੀ ਤੇ ਸਵਾਰ ਹੋ ਕੇ ਆਉਂਦਾ ਤਾਂ ਲੁਟੇਰੇ ਵੀ ਉੱਥੋਂ ਭੱਜਣ ਦੇ ਲਈ ਮਜਬੂਰ ਹੋ ਜਾਂਦੇ ਨੇ। ਤਾਂ ਤਿੰਨ ਦਿਹਾੜੇ ਲੁਧਿਆਣਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ। ਦੱਸ ਦਈਏ ਕਿ ਆਏ ਦਿਨ ਲੁਧਿਆਣਾ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਪਰ ਪੁਲਿਸ ਦੇ ਹੱਥ ਹਲੇ ਵੀ ਖਾਲੀ ਨੇ, ਜਿਸ ਦੇ ਕਾਰਨ ਹੁਣ ਦਿਨ ਦੇ ਸਮੇਂ ਵੀ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਤਾਜ਼ਾ ਉਦਾਹਰਣ ਇਹ ਸਾਹਮਣੇ ਆਈ ਹੈ ਲੁਧਿਆਣਾ ਤੋਂ, ਜਿੱਥੇ ਕਿ ਇੱਕ ਸ਼ਖਸ ਜਦੋਂ ਦੁਪਹਿਰ ਦੇ ਸਮੇਂ ਗਲੀ ਦੇ ਵਿੱਚੋਂ ਨਿਕਲ ਰਿਹਾ ਸੀ ਤਾਂ ਤਿੰਨ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ ਲੁਟੇਰੇ ਲੰਘ ਰਹੇ ਹੁੰਦੇ ਨੇ ਤੇ ਜਿਵੇਂ ਹੀ ਉਸ ਸ਼ਖਸ 'ਤੇ ਨਿਗਾਹ ਪੈਂਦੀ ਹੈ ਤਾਂ ਉਸਦੇ ਮੋਬਾਈਲ ਫੋਨ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਉਹ ਸ਼ਖਸ ਜ਼ਮੀਨ 'ਤੇ ਲਿਟ ਜਾਂਦਾ ਹੈ ਅਤੇ ਆਪਣੇ ਫੋਨ ਨੂੰ ਆਪਣੇ ਹੱਥਾਂ ਦੇ ਵਿੱਚ ਜ਼ੋਰ ਨਾਲ ਪਕੜ ਕੇ ਰੱਖਦਾ, ਜਿਸ ਦੇ ਕਾਰਨ ਲੁਟੇਰੇ ਜੋ ਹੈ ਉਸਦਾ ਫੋਨ ਨਹੀਂ ਖੋ ਪਾਉਂਦੇ। ਜਦੋਂ ਆਲੇ ਦੁਆਲੇ ਤੋਂ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਆਪਣੇ ਲਈ ਖਤਰਾ ਦੇਖ ਕੇ ਲੁਟੇਰੇ ਉੱਥੋਂ ਬਾਈਕ 'ਤੇ ਫਰਾਰ ਹੋ ਜਾਂਦੇ ਨੇ। ਦਿਨ ਦਿਹਾੜੇ ਇੱਕ ਸ਼ਖਸ ਦੇ ਕੋਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ ਤਿੰਨ ਬਦਮਾਸ਼ ਆਉਂਦੇ ਨੇ। ਪਹਿਲਾਂ ਤਾਂ ਗਲੀ ਦੇ ਵਿੱਚ ਇਹ ਸਿੱਧਾ ਲੰਘ ਜਾਂਦੇ ਨੇ ਤੇ ਫਿਰ ਜਿਵੇਂ ਹੀ ਇਹਨਾਂ ਦੀ ਨਿਗਾਹ ਇੱਕ ਸ਼ਖਸ ਦੇ ਉੱਤੇ ਪੈਂਦੀ ਹੈ ਤਾਂ ਬਾਈਕ ਨੂੰ ਮੋੜ ਕੇ ਵਾਪਿਸ ਲਿਆਉਂਦੇ ਨੇ ਤੇ ਉਸ ਸ਼ਖਸ ਨੂੰ ਟੁੱਟ ਕੇ ਪੈ ਜਾਂਦੇ ਨੇ। ਹਾਲਾਂਕਿ ਜਿਵੇਂ ਹੀ ਉਹ ਸ਼ਖਸ ਜ਼ਮੀਨ ਦੇ ਉੱਤੇ ਡਿੱਗਦਾ ਹੈ ਤੇ ਆਪਣਾ ਫੋਨ ਨਹੀਂ ਛੱਡਦਾ, ਜਿਸ ਤੋਂ ਬਾਅਦ ਇਹਨਾਂ ਦੇ ਉਹ ਦੋ ਲੁਟੇਰਿਆਂ ਦੇ ਵੱਲੋਂ ਉਸਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਪਰ ਇੰਨੇ ਦੇ ਵਿੱਚ ਇੱਕ ਬਜ਼ੁਰਗ ਸਕੂਟੀ ਦੇ ਉੱਤੇ ਸਵਾਰ ਹੋ ਕੇ ਜਦੋਂ ਉੱਥੇ ਆਉਂਦਾ ਤਾਂ ਉਸ ਨੂੰ ਦੇਖ ਕੇ ਇਹ ਤਿੰਨੋਂ ਹੀ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਉਸ ਸ਼ਖਸ ਦਾ ਮੋਬਾਈਲ ਵੀ ਬਚ ਗਿਆ। ਤਾਂ ਦੱਸ ਦਈਏ ਕਿ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ, ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ, ਜਿਸ 'ਚ ਸਾਫ਼ ਇੱਕ ਸ਼ਖਸ ਦੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਉਸ ਸ਼ਖਸ ਦੇ ਵੱਲੋਂ ਵੀ ਇਹਨਾਂ ਲੁਟੇਰਿਆਂ ਦਾ ਡਟ ਕੇ ਵਿਰੋਧ ਕੀਤਾ ਗਿਆ ਤੇ ਆਪਣੇ ਫੋਨ ਨੂੰ ਬਚਾ ਲਿਆ ਗਿਆ। ਤੇ ਇੰਨੇ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਜਦੋਂ ਸਕੂਟੀ ਤੇ ਸਵਾਰ ਹੋ ਕੇ ਆਉਂਦਾ ਤਾਂ ਲੁਟੇਰੇ ਵੀ ਉੱਥੋਂ ਭੱਜਣ ਦੇ ਲਈ ਮਜਬੂਰ ਹੋ ਜਾਂਦੇ ਨੇ। ਤਾਂ ਤਿੰਨ ਦਿਹਾੜੇ ਲੁਧਿਆਣਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ। ਦੱਸ ਦਈਏ ਕਿ ਆਏ ਦਿਨ ਲੁਧਿਆਣਾ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਪਰ ਪੁਲਿਸ ਦੇ ਹੱਥ ਹਲੇ ਵੀ ਖਾਲੀ ਨੇ, ਜਿਸ ਦੇ ਕਾਰਨ ਹੁਣ ਦਿਨ ਦੇ ਸਮੇਂ ਵੀ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਤਾਜ਼ਾ ਉਦਾਹਰਣ ਇਹ ਸਾਹਮਣੇ ਆਈ ਹੈ ਲੁਧਿਆਣਾ ਤੋਂ, ਜਿੱਥੇ ਕਿ ਇੱਕ ਸ਼ਖਸ ਜਦੋਂ ਦੁਪਹਿਰ ਦੇ ਸਮੇਂ ਗਲੀ ਦੇ ਵਿੱਚੋਂ ਨਿਕਲ ਰਿਹਾ ਸੀ ਤਾਂ ਤਿੰਨ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ ਲੁਟੇਰੇ ਲੰਘ ਰਹੇ ਹੁੰਦੇ ਨੇ ਤੇ ਜਿਵੇਂ ਹੀ ਉਸ ਸ਼ਖਸ 'ਤੇ ਨਿਗਾਹ ਪੈਂਦੀ ਹੈ ਤਾਂ ਉਸਦੇ ਮੋਬਾਈਲ ਫੋਨ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਉਹ ਸ਼ਖਸ ਜ਼ਮੀਨ 'ਤੇ ਲਿਟ ਜਾਂਦਾ ਹੈ ਅਤੇ ਆਪਣੇ ਫੋਨ ਨੂੰ ਆਪਣੇ ਹੱਥਾਂ ਦੇ ਵਿੱਚ ਜ਼ੋਰ ਨਾਲ ਪਕੜ ਕੇ ਰੱਖਦਾ, ਜਿਸ ਦੇ ਕਾਰਨ ਲੁਟੇਰੇ ਜੋ ਹੈ ਉਸਦਾ ਫੋਨ ਨਹੀਂ ਖੋ ਪਾਉਂਦੇ। ਜਦੋਂ ਆਲੇ ਦੁਆਲੇ ਤੋਂ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਆਪਣੇ ਲਈ ਖਤਰਾ ਦੇਖ ਕੇ ਲੁਟੇਰੇ ਉੱਥੋਂ ਬਾਈਕ 'ਤੇ ਫਰਾਰ ਹੋ ਜਾਂਦੇ ਨੇ।